ਇਹ ਗੈਲਪਿੰਗ ਘੋੜਾ ਅਸਲ ਵਿੱਚ ਇੱਕ ਮਾਡਿਊਲਰ ਖਿਡੌਣਾ ਹੈ। ਇਸ ਨੂੰ ਬਣਾਉਣ ਲਈ ਸਟਰਾਅ, ਰਾਈਵਟ ਅਤੇ ਸਖਤ ਸਟਰਾਅ ਸਟਿਫ ਜੁਆਇਨਿੰਗ ਸਟਰਾਅ ਦੀ ਲੋੜ ਹੈ। ਸਟਰਾਅ ਦੇ ਦੋਨੋਂ ਕੋਨਿਆਂ 'ਤੇ ਗਲੀ ਕਰ ਲਵੋ। ਐਲੂਮੀਨੀਅਮ ਦੇ ਰਾਈਵਟ ਜੁਆਇਨਿੰਗ ਸਟਰਾਅ 'ਤੇ ਦੋਨੋਂ ਪਾਸੇ ਫਿਕਸ ਕਰ ਦਵੋ। ਸਟੋਪਰ ਦਾ ਕੰਮ ਕਰਦਾ ਹੈ। ਕਨੈਕਟਿੰਗ ਸਟਰਾਅ ਦੇ ਉੱਤੇ ਚਿੱਟੀ ਸਟਰਾਅ ਬੜੀ ਆਸਾਨੀ ਨਾਲ ਹਿੱਲ ਸਕਦੀ ਹੈ। ਹੁਣ ਇੱਕ ਬੇਸਿਕ ਯੂਨਿਟ ਬਣਾ ਲਵੋ ਜਿਵੇਂ ਕਿ ਇਹ ਦਿਖਾਇਆ ਗਿਆ ਹੈ। ਦੋ ਫਲੈਕਸੀਬਲ ਗੱਤੇ ਦੀ ਸਟ੍ਰਿਪ ਦੇ ਇੱਕ ਕੋਨੇ 'ਤੇ ਇੱਕ ਯੂਨਿਟ ਨੂੰ ਫਿਕਸ ਕੀਤਾ ਗਿਆ ਹੈ। ਸਟ੍ਰਿਪ ਦੇ ਵਿੱਚ ਵਾਇਰ ਕਰੈਂਕ ਹੈ। ਜਿਵੇਂ ਹੀ ਤੁਸੀਂ ਕਰੈਂਕ ਨੂੰ ਘੁਮਾਉਂਦੇ ਹੋ ਇਸ ਤਰ੍ਹਾਂ ਲੱਗੇਗਾ ਜਿਵੇਂ ਘੋੜਾ ਭੱਜ ਰਿਹਾ ਹੈ। ਹੁਣ ਇੱਕ ਹੋਰ ਯੂਨਿਟ ਸਟ੍ਰਿਪ ਦੇ ਦੂਜੇ ਕੋਨੇ 'ਤੇ ਫਿਕਸ ਕਰੋ। ਇਸ ਨਾਲ ਕਾਈਨੈਟਿਕ ਘੋੜਾ ਪੂਰਾ ਹੋ ਜਾਵੇਗਾ। ਕਰੈਂਕ ਨੂੰ ਘੁਮਾਉਂਦੇ ਹੀ ਘੋੜਾ ਬੜੀ ਜਲਦੀ ਅੱਗੇ ਵਧੇਗਾ ਅਤੇ ਭੱਜੇਗਾ।